ਵਿਧਾਨ ਸਭਾ ਹਲਕਾ ਪੱਟੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ 'ਚ ਚੋਣ ਜਲਸੇ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਮੰਤਰੀ ਸਾਹਿਬ ਵੱਲੋਂ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ। ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਸਮੇਂ ਤੋਂ ਆਟਾ ਦਾਲ, ਗੈਸ ਕੁਨੈਕਸ਼ਨ ਅਤੇ ਹੋਰ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਇਆ। ਉਹਨਾਂ ਕਿਹਾ ਕਿ ਹਲਕੇ 'ਚ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਵਾਰ ਵੀ ਅਕਾਲੀ ਸਰਕਾਰ ਬਣੇਗੀ। ਪੰਜਾਬ ਨੂੰ, ਪੰਜਾਬ ਦੇ ਵਾਸੀਆਂ ਨੂੰ ਮੁੱਖ ਰੱਖਿਆ, ਅਸੀਂ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਕਿ ਤੇਰਾ ਮੇਰਾ ਨਹੀਂ ਕੀਤਾ, ਔਰ ਇਹੀ ਅਸੀਂ ਅੱਗੇ ਨੂੰ, ਇਹੀ ਚੀਜ਼ ਨੂੰ, ਇਹੀ ਸੇਵਾ ਨੂੰ ਅਗਾਂਹ ਵੀ ਇਸ ਤਰ੍ਹਾਂ ਹੀ ਕਰਾਂਗੇ। ਸਾਡੀ ਦਾਲ ਆਟਾ ਸਕੀਮ ਹੈ, ਤੁਸੀਂ ਦੇਖਿਆ ਸਾਰੇ ਪੰਜਾਬ ਦੇ ਕੋਨੇ ਕੋਨੇ 'ਤੇ ਪਹੁੰਚਾਈ ਹੈ, ਔਰ ਹਰੇਕ ਵੀਰ, ਹਰੇਕ ਮਾਤਾ, ਹਰੇਕ ਜੀ ਨੂੰ ਪਹੁੰਚਾਈ ਹੈ, ਔਰ ਇਸ 'ਚ ਨਿਰਪੱਖ ਹੋ ਕੇ ਕੰਮ ਹੋਇਆ ਜੀ। ਔਰ ਇਵੇਂ ਦੀ ਸੇਵਾਵਾਂ ਜਿਵੇਂ ਸਾਡੀ ਰਸੋਈ ਗੈਸ ਮਾਤਾ ਕੀ ਜੀ ਦੇ ਨਾਂ 'ਤੇ, ਪ੍ਰਧਾਨ ਮੰਤਰੀ ਜੀ ਦੇ ਨਾਂ 'ਤੇ ਜਿਹੜੀ ਉਜਵਲਾ ਯੋਜਨਾ ਬਣੀ ਹੈ, ਇਹ ਸਕੀਮਾਂ ਸਾਰੀਆਂ ਜੋ ਅਸੀਂ ਲਾਗੂ ਕੀਤੀਆਂ, ਇਹ ਪੰਜਾਬ ਦੀ ਬਿਹਤਰੀ ਵਾਸਤੇ, ਹਰੇਕ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਵਾਸਤੇ ਕੀਤੀ ਹੈ। ਅਤੇ ਇਸ ਤਰ੍ਹਾਂ ਹੀ ਅਗਲੀ ਸੇਵਾ ਵੀ ਜਿਹੜੀ ਅਸੀਂ ਕਰਾਂਗੇ ਪੂਰੇ ਪੰਜਾਬ ਨੂੰ, ਸਮੁੱਚੇ ਪੰਜਾਬ ਵਾਸਤੇ ਹੀ ਸਕੀਮਾਂ ਸੋਚੀਆਂ ਹੋਈਆਂ ਅਤੇ ਉਹ ਸਕੀਮਾਂ ਨੂੰ ਪੂਰੇ ਨੇਪੜੇ ਚੜਾਵਾਂਗੇ। ਬਿਊਰੋ ਰਿਪੋਰਟ, ਮਿਲਾਪ ਨਿਊਜ਼, ਤਰਨਤਾਰਨ।